दर्शको पंजाब प्लस चैनल तुहाडा स्वागत है। जैसे आए हैं बजाज स्वीट्स जिहड़ा कि एक ब्रांड बन चुका है। बहुत वधिया स्वीट है। RCF दे मतलब सामने बनी हुई है शॉप। जलंधर जां कपूरथला जाण दी लोड़ नहीं पैंदी। मिठाई वधिया दे दे और पूरियां दी गल कर लईए आपां, बर्फी दी गल कर लईए, रोस्टड दी, सब कुछ वधिया है। एवरीथिंग इज गुड। दर्शको पंजाब प्लस चैनल तुहाडा स्वागत है। जैसे आए हैं बजाज स्वीट्स जिहड़ा कि एक ब्रांड बन चुका है और आप देख सकते हैं कि रक्षाबंधन के पवित्र त्यौहार के उपर जिस तरीके दे नाल इन्हां दी जिहड़ी डिस्प्ले हैगी लगी हुई है और उहदे नाल नाल जिद्दां असीं सारा विजिट करांगे किद्दां इह समोसे भरदे आ, किवें समोसे तलदे आ, किवें पूरियां, किवें आटे दीआं पूरियां, किवें लोक जदों सुबह हुंदी है एतवार दी तां उहनां नूं इक आस होण लग जांदी है वी असीं जल्दी जल्दी पूरियां खाईए और जाके बजाज वालों तों लै के आईए। ਵੀਰ ਜੀ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਕਿ ਰੱਖਿਆ ਬੰਧਨ ਦਾ ਪਵਿੱਤਰ ਤਿਉਹਾਰ ਜਿਹੜਾ ਆ ਰਿਹਾ ਹੈਗਾ ਔਰ ਪੂਰੀ ਤਰ੍ਹਾਂ ਨਾਲ ਤੁਸੀਂ ਵੀ ਤਿਆਰ ਹੋ, ਹਰ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਨੇ ਔਰ ਗਿਫਟ ਐਟਮਾਂ ਤਿਆਰ ਹੈ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਰੱਖਿਆ ਬੰਧਨ ਦੇ ਪਰਵ 'ਤੇ ਸਾਰੀ ਐਟਮਾਂ ਹੀ ਤਿਆਰ ਹੈਗੀਆਂ ਆਪਣੀਆਂ ਜੀ। ਆ ਤੁਸੀਂ ਦੇਖ ਸਕਦੇ ਹੋ ਪਿੱਛੇ ਲੱਗੀ ਹੈ ਡਿਸਪਲੇ, ਬੈਕਰੀ ਲਾਈਨ ਵਗੈਰਾ ਸਾਰੀ ਆਪਾਂ ਤਿਆਰ ਕੀਤੀ ਹੈ। ਗਿਫਟ ਟੈਂਪਰ ਵਗੈਰਾ ਸਾਰੇ ਤਿਆਰ ਕੀਤੇ ਹੋਏ ਹੈਗੇ ਆ। ਤੁਸੀਂ ਆਉਣਾ ਤੁਹਾਨੂੰ ਦਿਖਾ ਦਈਏ ਅਸੀਂ ਇੱਥੇ ਸਾਰੀ ਵਰਾਈਟੀਆਂ। ਦੇਖੋ ਸਾਰੇ ਆਪਣੇ ਬਣਾਏ ਹੋਏ ਕੇਕ ਵਗੈਰਾ ਰੱਖਿਆ ਬੰਧਨ ਦੇ ਟਾਈਮ ਤੇ ਤਿਉਹਾਰ ਦੇ ਟਾਈਮ ਤੇ ਹਰ ਟਾਈਮ ਅਵੇਲੇਬਲ ਹੈ ਸਾਡੇ ਕੋਲ ਸਾਡੀਆਂ। ਕਿਸੇ ਨੂੰ ਗਿਫਟ ਦੇਣੇ ਹੋਣ ਇਦਾਂ ਦੇ ਬਣਾ ਕੇ ਸਰ, ਕਿੰਨਾ ਕੁ ਅੰਦਾਜ਼ਾ ਹੈਗਾ? ਮਤਲਬ ਅੰਦਾਜ਼ਾ ਜਦੋਂ ਮਰਜ਼ੀ ਇਹ ਨਹੀਂ ਹੈਗਾ। ਕੋਸਟ ਵੈਸੇ ਅੰਦਾਜ਼ਾ ਕਿੰਨਾ? ਸਾਡਾ ਸਾਲ ਘੱਟ ਤੋਂ ਘੱਟ ਵੀ 200 ਰੁਪਏ ਤੋਂ ਸਟਾਰਟ ਹੋ ਜਾਂਦਾ, 1000 ਤੱਕ ਹੈਗਾ ਜੀ। 200 ਰੁਪਏ ਤੱਕ ਵੀ ਮਿਲ ਜਾਂਦਾ? ਹਾਂ, 200 ਰੁਪਏ ਤੱਕ ਵੀ ਮਿਲ ਜਾਂਦਾ ਹੈਗਾ ਵਾ, 1000 ਤੱਕ ਵੀ ਹੈ ਅਵੇਲੇਬਲ ਸਾਡੇ ਕੋਲ ਇਹ। ਜੈਸੀ ਤੁਸੀਂ ਕੁਆਲਿਟੀ ਮਤਲਬ ਮੰਗੋਗੇ, ਕਿਉਂਕਿ ਇਹ ਹਰੇਕ ਦੀ ਸ਼ੌਪ ਹੈ, ਕੁਆਲਿਟੀ ਕਹਿਣਗੇ ਉਸ ਤਰ੍ਹਾਂ ਦੀ ਕੁਆਲਿਟੀ। ਇਹ ਸ਼ੌਪ ਹਰੇਕ ਬੰਦੇ ਦੀ ਹੈ, ਇਹ ਇੱਕ ਮੀਡੀਅਮ ਕੋਰ ਦੀ ਵੀ ਹੈ, ਇਹ ਵਿਚਾਲੜੇ ਮੇਲ ਦੀ, ਇਹ ਵੱਡੇ ਤਕੜਿਆਂ ਦੀ, ਉਦੂ ਤਕੜਿਆਂ ਦੀ ਵੀ। ਇਹ ਮਤਲਬ ਬਜਾਜ ਵਾਲਿਆਂ ਨੇ ਹਰੇਕ ਬੰਦੇ ਦੇ ਲਈ ਇੱਕ ਮਾਰਗਦਰਸ਼ਨ ਕੀਤਾ ਜੀ, ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਦੇ ਵਾਸਤੇ ਹੀ ਹੈ ਜੋ ਮਰਜ਼ੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪਿਓਰਟੀ ਜਿਹੜੀ ਬੇਕਰੀ ਦੀ ਪਿਓਰਟੀ ਆ, ਮੈਂ ਚਾਹੂੰਗਾ ਕਿ ਇੱਧਰ ਦਿਖਾਵੇ ਬਿਸਕਿਟਸ ਜਿਹੜੇ ਹੈਗੇ ਆ ਬਜਾਜ ਸਾਹਿਬ, ਬਿਸਕਿਟਸ ਵਗੈਰਾ ਵੀ ਆਪਦੇ ਬਣਾਏ? ਆਪਦੀ ਮੈਨੂਫੈਕਚਰਿੰਗ ਆਪਦੀ ਹੈ ਸਾਰੀ, ਜੋ ਵੀ ਹੈ ਟੋਟਲੀ ਮੇਰੀ ਮੈਨੂਫੈਕਚਰਿੰਗ A to Z ਆਪਣੀ ਹੈ, ਬਾਹਰੋਂ ਕੁਛ ਵੀ ਹੈ ਨਹੀਂਗਾ ਜੀ ਸਰ। ਆਪਾਂ ਦੇਖ ਸਕਦੇ ਕਿ ਨਮਕੀਨ ਦੇ ਬਿਸਕਿਟ, ਮਿੱਠੇ ਬਿਸਕਿਟ, ਬਹੁਤ ਵਧੀਆ ਤਰੀਕੇ ਦੇ ਨਾਲ ਡਰਾਈ ਫਰੂਟ ਬਿਲਕੁਲ ਹੈਗਾ ਜੀ। ਆਹ ਦੇਖ ਲਓ ਕੰਸਰਵ ਐਟਮਾਂ, ਡੋਨਟਸ ਵਗੈਰਾ, ਬੇਕਰੀ ਹੈਗੀ ਹੈ, ਸਭ ਕੁਝ ਆਪਣਾ ਹੀ ਹੈਗਾ ਜੀ ਤਿਆਰ। ਆਪਾਂ ਸੈਂਡਵਿਚ ਦੀ ਗੱਲ ਕਰ ਲਈਏ ਤਾਂ ਸੈਂਡਵਿਚ ਜਿਹੜੇ ਖੁਦ ਤਿਆਰ ਕਰਦੇ? ਸਾਰੇ ਆਪਣਾ ਹੀ ਹੈ ਜੀ ਸਰ, ਤਿਆਰ ਕੀਤੇ ਹੋਏ, ਸਭ ਕੁਝ ਆਪਣਾ ਹੀ ਹੈ ਜੀ ਟੋਟਲੀ। A to Z ਹੀ ਆਪਣੀ ਤਿਆਰ ਹੈ, ਫਾਸਟ ਫੂਡ ਦਾ ਤੱਕ ਵੀ ਆਪਣਾ ਸਾਰਾ ਤਿਆਰ ਹੈ ਜੀ। ਔਰ ਇਹਦੇ ਨਾਲ ਨਾਲ ਆਪਾਂ ਕੇਕਸ ਦੀ ਦੇਖ ਲਈਏ ਤਾਂ ਕੇਕਸ ਵੀ, ਬਰਥਡੇ ਕੇਕਸ ਹੈ, ਹੋਰ ਕੇਕਸ ਹੈ ਜਿਹੜੇ, ਉਹ ਵੀ ਖੁਦ ਦੇ ਮੈਨੂਫੈਕਚਰ? ਆਪਣੀ ਆਪਣੀ ਬੇਸ ਤੱਕ ਆਪਣੇ ਬੰਦੇ ਜੀ ਸਾਰੇ, ਸਾਰੇ ਟੋਟਲੀ ਆਪਣਾ ਓਵਨ ਵਗੈਰਾ ਲੱਗਿਆ, ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹੀ ਦੇਰ ਤੱਕ, ਸਾਰਾ ਤਿਆਰ ਹੁੰਦਾ ਹੈਗਾ, ਤੁਹਾਨੂੰ ਉਹ ਵੀ ਕਰਾਉਂਦੇ ਡਿਸਪਲੇ, ਠੀਕ ਹੈ ਨਾ। ਪੇਸਟਰੀਆਂ ਵਗੈਰਾ ਦੇਖ ਲਓ, ਅਸੀਂ ਸਭ ਆਪਣੀ ਹੈਗੀਆਂ ਮੈਨੂਫੈਕਚਰਿੰਗ ਜੋ ਵੀ ਹੈਗੀ ਹੈ ਟੋਟਲੀ। Thank you.
समोसा कि समोसा बनता किदा हैगा वो लाइव करेंगे वीर जी होरे आप जुड़ रहे हैं कि यह जड़ा है ये मटर तड़का जिदे मटर के सारे जड़े मसाले है वो पहले अटैच होंगे ने कि तो बाद आलू जड़े है हम अटैच हो लगे ने नाल भाई आलू एवं नहीं पाँच हज़ार समोसा जोड़ा है बजाज वाले का बिकता क्योंकि इनग्रीडियंट्स जोड़े है जिस तरीके आप देखिए मटर तड़का जोड़ा है वधिया वधिया मसाले जोड़े यूज किए उस बाद आलू जोड़े है बिल्कुल फ्रैश आलू आ लो जी मेथी भी पै गई उपर ए आ चक लो करा मेथी भी आ गई हूँ मेथी आ के फिर द्वारा तो फिर इन्हों मिक्स होगा कम अब आ गए पनीर जी पनीर वाले समोसे नाल पनीर भी विच अटैच हों अब जी देखो मैदा मैदा रलता हुआ देखो जी इधर मैदा मैदा रली जाता ये जी घ्यो पाते हो जी की पाते हो जिसे एक चंगी क्वालिटी मिलेगी उत्थे ही गाहक आऊ सब तो वड्डी गल जिहड़ी इहनां दी साफ सफाई इहनां दी ते अहीं ते इहनां दे डैडी तो वेख्या वा उदों तो इहनां दा कम चल रहा बहुत वधिया बहुत वधिया ਬਹੁਤ ਵਧੀਆ ਜੀ ਅਸੀਂ ਇੱਥੇ ਹਰ ਕਿਸੇ ਸਕੂਲੇ ਆ ਜਾਂਦੇ ਅਤੇ ਇੱਥੇ ਬਹੁਤ ਵਧੀਆ ਮਠਿਆਈ ਆ ਬਹੁਤ ਵਧੀਆ ਐਨ ਫਸਟ ਕਲਾਸ ਮਿਲਦੀ ਆਪਾਂ ਦੇਖ ਸਕਦੇ ਹਾਂ ਕਿ ਬਜਾਜ ਸਵੀਟਸ ਵਾਲਿਆਂ ਦੇ ਸਵੀਟਸ ਫਾਸਟ ਫੂਡ ਉਹਦੇ ਨਾਲ ਨਾਲ ਕਿੱਟੀ ਹਾਲ ਜਿਹੜਾ ਕਿ ਆਪਾਂ ਜਿੱਥੇ ਬੈਠੇ ਹਾਂ ਮੈਂ ਚਾਹੂੰਗਾ ਕੈਮਰਾਮੈਨ ਨੂੰ ਸਾਰਾ ਦਿਖਾਵੇ ਲੁੱਕ ਉੱਪਰ ਉੱਥੋਂ ਪਿਆ ਗਾਉਂਦੇ ਆ ਫੁੱਲੀ ਏ ਸੀ ਜਿਹੜੇ ਹੈਗੇ ਆ ਇਹਨਾਂ ਦੇ ਹਾਲ ਨੇ ਇਹ सिंगल हाल के भी 50-60 बंदे 70 बंदियां दा जिहड़ा 100 बंदे तक भी अरेजमेंट जिहड़ा हो सकता है और डबल हाल आ जिहड़ा इहदे च जे दो एट ए टाइम दो किट्टी पार्टीज़ या किसी ने बर्थडे मनाना तो वह भी मनाया जा सकता देखते हैं कि 100 बंदियां दा जिहड़ा हैगा ये हॉल हैगा जब जदों भी कोई किसी ने समॉल मैरिज करनी हैगी छोटी मैरिज करनी हैगी जिहदे च बंदे ज़्यादा नहीं बुलाने 100 बंदे दा इकट्ठ करना हैगा वीर जी होर की इत्थे हुंदा इत्थे नॉर्मली रिंग सैरामनी वगैरह या कह सकते आपां या किटी पार्टी वगैरह या अपना कोई मीटिंग वगैरह भी होंदिया रहिंदी इत्थे नॉर्मली तो जिन्हें मैरिज वगैरह करनी आ अपने तो वह भी इत्थे आंदे आ नॉर्मली घट खर्चे दे विच आपां सारा अरेंज करके देईदा अपना कोई खर्चा भी ज़्यादा नहीं गा इत्थों दा क्योंकि कैटरिंग जिहड़ी हैगी कैटरिंग भी नाल हैगी इस करके
ਏਸੀ ਹਾਲ 'ਚ ਬੰਦਾ ਮਜ਼ੇ ਨਾਲ ਆ ਕੇ ਆਪਦਾ ਬਹੁਤ ਜਾਇਜ਼ ਰੇਟਾਂ ਦੇ ਵਿੱਚ ਸੇਵਾ ਲੈ ਸਕਦਾ। ਬਜਾਜ ਸਵੀਟਸ ਤੇ ਤੁਸੀਂ ਹਮੇਸ਼ਾ ਆਉਂਦੇ ਹੋ, ਹੁਣ ਵੀ ਰੱਖਿਆ ਬੰਧਨ ਦਾ ਤਿਉਹਾਰ ਹੈ, ਤੁਸੀਂ ਇੱਥੇ ਆਏ ਹੋ, ਪਹੁੰਚੇ ਹੋ ਮਠਿਆਈਆਂ ਲੈਣ, ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ? ਬਹੁਤ ਵਧੀਆ ਜੀ, ਠੀਕ ਠਾਕ ਹੈ ਇਹ, ਮਤਲਬ ਬਹੁਤ ਵਧੀਆ ਇਹਨਾਂ ਨੇ ਰਿਸਪੋਂਸ ਦਿੰਦੇ ਆ, ਵਧੀਆ ਹਰ ਇੱਕ ਬੰਦੇ ਨਾਲ ਵਧੀਆ ਬੋਲਦੇ ਆ, ਵਧੀਆ ਮਤਲਬ ਰਿਸਪੋਂਸ ਕਰਦੇ ਆ। ਕਿੰਨੀ ਦੇਰ ਤੋਂ ਤੁਸੀਂ ਆ ਰਹੇ ਹੋ? ਬਹੁਤ ਦੇਰ ਤੋਂ ਹੀ ਆਉਂਦੇ ਹਾਂ ਜੀ। ਸਭ ਤੋਂ ਵੱਧ ਸ਼ੁੱਧਤਾ ਦੀ ਗੱਲ ਵੀ ਹੈ, ਵੈਸ਼ਨੂੰ ਬੰਦੇ ਨੇ, ਕੇਕ ਲੈ ਲਓ, ਪੇਸਟਰੀ ਲੈ ਲਓ, ਬਿਸਕਟ ਲੈ ਲਓ, ਕੋਈ ਚੀਜ਼ ਵੀ ਲੈ ਲਓ ਤਾਂ ਆਪਾਂ ਨੂੰ ਕੋਈ ਬੋਝ ਨਹੀਂ ਇਹਦੇ 'ਚ ਵੀ ਕਿਸੇ ਤਰ੍ਹਾਂ ਦਾ ਨੌਨ ਵੈਜ ਹੋਊਗਾ। ਹਾਂਜੀ, ਬਹੁਤ ਠੀਕ ਹੈ, ਸਹੀ ਹੁੰਦੇ ਆ, ਮਤਲਬ ਜੋ ਕਹਿ ਦਈਏ ਉਹ ਹੀ ਨਿਕਲਦਾ, ਇਹਨਾਂ ਦਾ ਵਧੀਆ ਮਤਲਬ ਚੀਜ਼ਾਂ ਵਧੀਆ ਚੀਜ਼ ਬਣਾਉਂਦੇ ਆ ਰਹੇ, ਸਫਾਈ ਵਾਲੀ ਚੀਜ਼ ਆ। ਪੂਰਾ ਰਸ਼ ਲੱਗਿਆ ਹੋਇਆ ਹੈਗਾ, ਰਕਸ਼ਾ ਬੰਧਨ ਦਾ ਤਿਉਹਾਰ ਹੈਗਾ, ਉਹਦੇ ਨੂੰ ਉਹਨੂੰ ਉਪਲਕਸ਼ ਦੇ ਵਿੱਚ ਸੰਡੇ ਦੋ ਦਿਨਾਂ ਨੂੰ ਰਕਸ਼ਾ ਬੰਧਨ ਦਾ ਜਿਹੜਾ ਤਿਉਹਾਰ ਜਿਹੜਾ 3 ਦਿਨਾਂ ਨੂੰ ਆ ਰਿਹਾ ਹੈਗਾ, ਉਹਦੇ ਕਰਕੇ ਆਪਾਂ ਦੇਖ ਸਕਦੇ ਕਿ ਰਸ਼ ਪੂਰਾ ਫੁੱਲ ਹੈ। ਵੀਰ ਜੀ, ਕਿੱਦਾਂ ਐਕਸਪੀਰੀਅੰਸ ਹੈ ਤੁਹਾਡਾ? ਬਹੁਤ ਵਧੀਆ, ਇੱਥੇ ਬਹੁਤ ਦੇਰ ਤੋਂ ਇਹਦੇ ਕਸਟਮਰ ਹਾਂ ਆਪਾਂ ਬਜਾਜ ਜਾਣਾ ਦੇ, ਇਹਨਾਂ ਨੇ ਬਹੁਤ ਵਧੀਆ ਇੱਥੇ ਗਰੋਥ ਵੀ ਕੀਤੀ ਆਪਣੀ ਜੀ, ਅਤੇ ਇਹਦਾ ਮਾਲ ਵੀ 1 ਨੰਬਰ ਦਾ ਹੁੰਦਾ ਜੀ, ਵਧੀਆ 1 ਨੰਬਰ ਦਾ ਕੰਮ ਹੈ ਜੀ। ਬਾਈ ਜੀ, ਕਿੱਦਾਂ ਐਕਸਪੀਰੀਅੰਸ ਤੁਹਾਡਾ ਬਜਾਜ ਸਵੀਟਸ ਨਾਲ? ਹਾਂਜੀ, ਵਧੀਆ ਜੀ, ਠੀਕ ਹੈ। ਕਿੰਨੀ ਦੇਰ ਦੇ ਆਉਂਦੇ? ਮੈਂ ਇੱਧਰ ਹੀ ਰਹਿੰਦੇ ਆ ਜੀ। ਮਾਤਾ ਜੀ ਕਿੱਦਾਂ ਦਾ? ਵਧੀਆ ਮਾਤਾ ਹੋ ਰਹੇ? ਹਾਂਜੀ, ਵਧੀਆ ਹੈ। ਕਿੰਨੀ ਦੇਰ ਦੇ ਆਉਂਦੇ ਸਰ? ਇੱਥੇ ਸਾਨੂੰ ਆਉਂਦਿਆਂ ਨੂੰ ਤਕਰੀਬਨ 4-5 ਸਾਲ ਹੋ ਗਏ ਨੇ। ਬੇਟਾ ਮਜ਼ਾ ਆਤਾ ਹੈ? ਕਾਕਾ ਬਹੁਤ ਵਧੀਆ। ਅਸੀਂ ਸੁਲਤਾਨਪੁਰ ਤਾਂ ਆਏ ਹਾਂ, ਕਾਫੀ ਟਾਈਮ ਤੋਂ ਜਾਂਦੇ ਆ, 16 ਸਾਲ ਹੋ ਗਏ ਮੇਰੀ ਮੈਰਿਜ ਨੂੰ, ਇੱਥੋਂ ਹੀ ਲੈ ਕੇ ਜਾਂਦੀ ਹਰ ਵਾਰੀ ਰੱਖੜੀ ਤੇ। ਮੈਂ ਠੀਕ ਹੁੰਦੇ ਮਿਠਾਈ? ਬਹੁਤ ਵਧੀਆ ਬੇਟਾ, ਕਿਵੇਂ ਰੱਖੜੀ ਤੇ ਚੱਲੀਆਂ 4 ਡੱਬੇ ਲੈ ਕੇ? ਹਾਂਜੀ, ਬਹੁਤ ਵਧੀਆ ਭਾਜੀ। ਹਾਂਜੀ, ਕਾਫੀ ਟਾਈਮ ਦੇ ਭਾਜੀ ਆਉਂਦੇ ਅਸੀਂ ਇੱਥੇ। ਰੱਖਿਆ ਬੰਧਨ ਦਾ ਪੂਰਾ ਪਿਆਰ ਆ ਰਿਹਾ ਤੇ ਹੁਣ ਮਠਿਆਈਆਂ ਇੱਥੋਂ ਜਾ ਰਹੀਆਂ ਨੇ? ਹਾਂਜੀ ਹਾਂਜੀ, ਇੱਥੋਂ ਭਾਜੀ, ਸਾਡੇ ਬੱਚੇ ਵੀ ਬਹੁਤ ਪਸੰਦ ਕਰਦੇ ਇੱਥੋਂ ਚੀਜ਼ਾਂ ਲੈਣਾ ਭਾਜੀ। ਬੇਟਾ ਕਿਸ ਲਿਖਤੇ? ਬਹੁਤ ਅੱਛਾ। ਹਾਂਜੀ,